ਅਸਲਾਮੁਆਲਿਕੋ ਦੋਸਤੋ ਮੈਂ ਤੁਹਾਡਾ ਆਪਣਾ ਮੇਜ਼ਬਾਨ ਅਬਾਸੀਵਾਗ ਤੁਸੰਦੇ ਦੇ ਪੇਵੇ ਅਬਾਸੀਵਾਗ ਥਲਸ ਕਾਫਤੀ ਰੰਗ ਹਰ ਬੰਦਾ ਆਪਣਾ ਅਗਰ ਮੁਸ਼ਾਹਦਾ ਕਰੇ ਕਿ ਮੈਂ ਆਪਣਾ ਕੰਮ ਠੀਕ ਕਰੇ ਨਾ ਪਿਆ ਜਾਂ ਨਾ ਕਰੇ ਨਾ ਪਿਆ ਤਾਂ ਉਹ ਆਪਣੀਆਂ ਬਹੁਤ ਸਾਰੀਆਂ ਗਲਤੀਆਂ ਨੂੰ ਠੀਕ ਕਰ ਸਕਦਾ ਹੈ ਇਵੇਂ ਵਾਲੀ ਕਾਰ ਇੱਕ ਨੌਜਵਾਨ ਮੈਡੀਕਲ ਸਟੋਰ ਤੇ ਵੇਂਦੇ ਉਹ ਮੈਡੀਕਲ ਸਟੋਰ ਤੇ ਇੱਕ ਪੀਸੀਓ ਵੀ ਹੁੰਦਾ ਹੈ ਉਹ ਮੈਡੀਕਲ ਸਟੋਰ ਦੇ ਮਾਲਕ ਨਾਲ ਵਨ ਕੇ ਆਦੇ ਕਿ ਮੈਕੂੰ ਇਹ ਨੰਬਰ ਮਿਲਾ ਕੇ ਦਿਓ ਤੇ ਮੈਡੀਕਲ ਸਟੋਰ ਵਾਲੇ ਨੇ ਇੱਕ ਨੰਬਰ ਮਿਲਾ ਕੇ ਦਿੱਤਾ ਤੇ ਉਹ ਲੜਕੇ ਨੇ ਗੁਫਤਗੂ ਕੀਤੀ ਉਹ ਆ ਕਿ ਮੈਡਮ ਅਸਲਾਮੁਅਲੈਕਮ ਉਹ ਆ ਕਿ ਵਾਲੇਕੁਮ ਸਲਾਮ ਉਹ ਆ ਕਿ ਮੈਡਮ ਮੈਂ ਇੰਤਹਾਹੀ ਗਰੀਬ ਆਦਮੀ ਆ ਤੇ ਮੈਇਕੂੰ ਮੁਲਾਜ਼ਮਤ ਚਾਹੀਦੀ ਏ ਮੇਰੇ ਘਰ ਦੇ ਵਿੱਚ ਬੀਆ ਕੋਈ ਕੰਮ ਕਰਨ ਵਾਲਾ ਕੋਈ ਨਹੀਂ ਤੇ ਮੈਇਕੂੰ ਹਰ ਕੀਮਤ 'ਚ ਮੁਲਾਜ਼ਮਤ ਚਾਹੀਦੀ ਏ ਮੈਂ ਤੁਹਾਡੇ ਘਰ ਦੀ ਸਫਾਈ ਸੁਥਰਾਈ ਕਰ ਰਹੇ ਸਾਂ ਔਰ ਖਾਤੂਨ ਨੇ ਅਗੂ ਜਵਾਬ ਦਿੱਤਾ ਕਿ ਮੇਰੇ ਕੋਲ ਪਹਿਲੇ ਆਲਰੇਡੀ ਇੱਕ ਮੁਲਾਜ਼ਮ ਹੈ ਔਰ ਉਹ ਬਹੁਤ ਅੱਛਾ ਕੰਮ ਕਰਦਾ ਪਿਆ ਇਹਾਂ ਕਿ ਮੈਡਮ ਮੈਂ ਤੁਹਾਡੇ ਘਰ ਵੀ ਧੋ ਰਹੇ ਸਾਂ ਮੈਂ ਤੁਹਾਡਾ ਗੈਰਾਜ ਵੀ ਬਣਾ ਰਹੇ ਸਾਂ ਮੈਂ ਤੁਹਾਡੀਆਂ ਗਾੜੀਆਂ ਵੀ ਧੋ ਰਹੇ ਸਾਂ ਮੈਂ ਤੁਹਾਡੇ ਘਰ ਦੇ ਕੱਪੜੇ ਵੀ ਧੋ ਰਹੇ ਸਾਂ ਮਿਹਰਬਾਨੀ ਕਰੋ ਮੈਂ ਬਹੁਤ ਜ਼ਿਆਦਾ ਜ਼ਰੂਰਤ ਮੰਦਾ ਲਿਆਜ਼ਮ ਮੈਂ ਕੋ ਨੌਕਰੀ ਦਿੱਤੀ ਬਣੇ ਤੇ ਮੈਡਮ ਨੇ ਕੋ ਆਖਿਆ ਕਿ ਨਹੀਂ ਜਿਹੜਾ ਪਹਿਲੇ ਮੇਰੇ ਕੋਲ ਬੰਦਾ ਕੰਮ ਕਰਦਾ ਪਿਆਏ ਮੈਕੂੰ ਹੁੰਦੇ ਤੇ ਪੂਰਾ ਭਰੋਸਾ ਹੈ ਔਰ ਮੈਂ ਕੈਸ ਸੂਰਤ ਦੇ ਵਿੱਚ ਵੀ ਉਹ ਨੂੰ ਨਾ ਕਰਨਾ ਚਾਹੰਦੀ ਇਸ ਲੜਕੇ ਨੇ ਬਈ ਮਿੰਨਤ ਸਮਾਜਤ ਵਧਾਈ ਇੰਹਾਂ ਕਿ ਮੈਡਮ ਮੈਂ ਜਿੰਨੀ ਤਨਖਾਹ ਉਸ ਬੰਦੇ ਕੋ ਤੁਸ ਰਹੇ ਨੇ ਮੈਂ ਉਹਦੀ ਅੱਧੀ ਤਨਖਾਹ ਤੇ ਕੰਮ ਕਰਨਾ ਚਾਹੰਦਾ ਯਾਨੀ ਤੁਹਕੂ ਅੱਦੇ ਪੈਸੇ ਵੀ ਬਚਵੇਂ ਸਨ ਔਰ ਮੈਂ ਐਕਸਟਰਾ ਕੰਮ ਕਰੇ ਸਾ ਤਾਂ ਉਸ ਖਾਤੂਨ ਨੇ ਆਖਿਆ ਕਿ ਸੌਰੀ ਜਿਹੜਾ ਬੰਦਾ ਸਾਰੇ ਕੋਲ ਪਹਿਲੇ ਕੰਮ ਕਰਦਾ ਹੈ ਉਹ ਬਹੁਤ ਅੱਛਾ ਹੈ ਔਰ ਅਸਾਂ ਉਹਦੇ ਕੰਮ ਤੋਂ ਮਤਮੁਨ ਹੈ। ਅੱਛਾ ਇਸਾ ਕਹੇ ਠੀਕ ਹੈ ਮੈਡਮ ਖੁਦਾ হাফਜ਼। ਜਿਉਂ ਹੀ ਫੋਨ ਬੰਦ ਕੀਤਾ ਹੈ ਤੇ ਕਿਉਂਕਿ ਜੋ ਪੀਸੀਓ ਦਾ ਮਾਲਕ ਹੈ ਉਹ ਸੁਣਦਾ ਪਿਆ ਹੈ ਸਾਰੀ ਗੁਫ਼ਤਗੋ। ਉਸ ਲੜਕੇ ਦੀ ਮਿੰਨਤ ਸਮਾਜਤ ਔਰ ਜ਼ਰੂਰਤਮੰਦੀ ਨੂੰ ਸਮਝਦੇ ਹੋਇਆ ਲੜਕੇ ਕੋ ਆਖਿਆ ਕਿ ਬੇਟਾ ਮੈਂ ਤੇ ਕੋ ਆਪਣੇ ਕੋਲ ਮੁਲਾਜ਼ਮਤ ਦੇ ਸਕਦਾ। ਤੂੰ ਮੇਰੇ ਕੋਲ ਮੁਲਾਜ਼ਮਤ ਕਰ ਗਿਆ। लड़के का जवाब सुन है सॉरी सर मैं ऑलरेडी मुलाजिम हाँ उ अगर तू मुलाजिम है तो वह इस खातून दाँ मिन्नत क्यों करें पें उँ के दरअसल मैं इसे खातून का ही मुलाजिम हाँ और मैं चेक कर पी कि मेरा मालिक मेरी कारकर खुश है या कोई ना वह कि मैं ये चेक करना पी के मेरे मालिक मेरे को तंग नहीं ਮੇਰੇ ਕੰਮ ਤੇ ਮੁਤਮੈਨ ਹਿੰ ਜਾਂ ਕੋਈ ਨਾ ਮੇਰੀ ਤਨਖਾਹ ਉਹਨਾਂ ਨੂੰ ਬਰਡਨ ਤਾਂ ਨਹੀਂ ਲੱਗਦੀ ਪਈ ਇਹ ਆਪਣਾ ਮੁਆਖਜ਼ਾ ਕਰਨ ਦਾ ਤਰੀਕਾ ਇਹ ਆਪਣੀ ਪਰਫਾਰਮੈਂਸ ਚੈੱਕ ਕਰਨ ਦਾ ਤਰੀਕਾ ਇਤਨੀ ਵੱਡੀ ਮੋਟੀਵੇਸ਼ਨ ਲੜਕਾ ਦੇ ਕੇ ਵੰਨਪੇ ਕਿਉਂ ਆ ਕਿ ਮੈਂ ਆਪਣੇ ਕੰਮ ਨੂੰ ਚੈੱਕ ਕਰਨ ਦੇ ਪਰੂ ਆਪਣੇ ਮਾਲਕਾ ਕੋ ਫੋਨ ਕੀਤਾ ਕਿ ਆਇਆ ਕਿ ਮੇਰੇ ਕੰਮ ਤੇ ਤੂੰ ਸੰਤੁਸ਼ਟਮੈਨ ਹਿਵੇ ਯਕੋ ਨਵੇ ਅਗਰ ਹਰ ਬੰਦਾ